ਸਤਿ ਸ਼੍ਰੀ ਅਕਾਲ ਜੀ। ਹਾਂਜੀ ਦੋਸਤੋ, ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਅਤੇ ਆਪਾਂ ਕਰਦੇ ਹਾਂ ਅੱਜ ਦਾ ਬਲੌਗ ਸਟਾਰਟ। ਅਤੇ ਅੱਜ ਤੁਹਾਨੂੰ ਦਿੰਦੇ ਹਾਂ ਆਪਾਂ ਜਾਣਕਾਰੀ। ਆਪਾਂ ਪਾ ਰਹੇ ਹਾਂ ਅੱਜ ਮਿੱਟੀ ਮਿੱਟੀ ਆਪਣੇ ਨਾਲ, ਜਿਹੜਾ ਆਪਾਂ ਕਬਾੜ ਧਰਦੇ ਹੁੰਦੇ ਸੀ ਇੱਧਰ ਇੱਧਰ ਆਪਾਂ ਚਾਹ ਬਣਾਉਂਦੇ ਸੀ, ਉੱਧਰ ਵਾਲੇ ਤੁਹਾਨੂੰ ਪ੍ਰੋਸੈਸ ਦਿਖਾਉਂਦੇ ਹਾਂ ਅਤੇ ਤੁਹਾਨੂੰ ਮਰਵਾਉਂਦੇ ਹਾਂ ਕਿਹੜਾ। ਟਰਾਲੀਆਂ ਕੁਛ ਆ ਚੁੱਕੀਆਂ ਨੇ, ਬਾਕੀ ਕੁਛ ਆਈ ਜਾਂਦੀਆਂ ਨੇ। ਅਤੇ ਤੁਸੀਂ ਸਾਡੀ ਵੀਡੀਓ ਨੂੰ ਦਿਆ ਕਰੋ ਸਪੋਰਟ ਵੀਰੇ, ਸ਼ੇਅਰ ਵੀ ਕਰਿਆ ਕਰੋ ਅੱਗੇ, ਤਾਂ ਕਿ ਸਾਡਾ ਹੌਸਲਾ ਬਜਾਈ ਵੱਧਦਾ ਰਹੇ। ਅਤੇ ਆਪਣੀ ਕੰਬਾਈਨ ਸਪੇਅਰ ਪਾਰਟ ਦੀ ਫੁੱਲ ਲੈਣਾ ਹੈ, ਅਤੇ ਮੋਟਰਾਂ ਦਾ ਪਾਰਟਸ ਹੋਵੇ ਇਸ ਤਰ੍ਹਾਂ ਜੇਸੀਬੀਆਂ ਦਾ, ਅਤੇ ਕੰਬਾਈਨ ਲੈ ਵੇਚ ਦਾ ਆਪਣਾ ਪੂਰਾ ਵਧੀਆ ਕੰਮ ਹੈ। ਤੁਹਾਨੂੰ ਆਪਾਂ ਇਹ ਚੀਜ਼ ਆਜੋ ਦਿਖਾਉਂਦੇ ਹਾਂ, ਅਤੇ ਆਪਾਂ ਮਿੱਟੀ ਵੀ ਦਿਖਾਉਣਾ ਜੋ ਕਿੱਥੇ ਕਿੱਥੇ ਪਾ ਰਹੇ ਹਾਂ। ਆ ਜਾਓ ਜੀ ਕਾਲਾ ਜੀ, ਚਲੋ ਆ ਜਾਓ ਇੱਧਰ ਦੀ ਦਿਖਾ ਰਹੇ ਹਾਂ ਆਪਾਂ ਵੀ ਟਰੈਕਟਰ ਮਾੜਾ ਜਿਹੜਾ ਬੱਜੂ ਆਪਣਾ ਚੱਲ ਰਿਹਾ। ਸਾਡਾ ਛੋਟਾ ਭਰਾ ਟਰੈਕਟਰ ਚਲਾ ਰਿਹਾ, ਇਹ ਮੋੜੂਆ ਵੀ ਹੁਣ ਮੈਨੂੰ ਲੱਗਦਾ ਪੁੱਠਾ ਕਰਾਉਣਾ ਲੱਗਦਾ, ਸਿੱਧਾ ਦਾ ਲੋਕ ਲਾਉਂਦੇ ਨੇ ਪਹਿਲਾਂ ਆਪਾਂ ਪੁੱਠਾ ਲਾਵਾਂਗੇ। ਸੁਖਦੀਪ ਉਹ ਕੰਮ ਹੋ ਗਿਆ ਵੀ ਸਿੱਧਾ ਤਾਂ ਲੋਕ ਲਾਉਂਦੇ ਨੇ, ਆਪਾਂ ਪੁੱਠਾ ਗ੍ਰਾਹ ਲਾਉਣਾ। ਹਾਂ ਇਹ ਪੁੱਠਾ ਗ੍ਰਾਹ ਸਿੱਧਾ ਲੋਕ ਲਾਉਂਦੇ ਨੇ, ਆਪਾਂ ਪੁੱਠਾ ਗ੍ਰਾਹ ਲਾ ਪੁੱਠਾ ਲਾ ਰਹੇ ਹਾਂ ਪੁੱਠਾ ਗ੍ਰਾਹ ਲਾ। ਇਹਦੇ ਨਾਲ ਇਹਦੇ ਨਾਲ ਰੋਡ ਪੱਕ ਜੂਗਾ। ਆ ਗਿਆ ਜੀ ਅਰਜੁਨ ਟਰੈਕਟਰ ਆ ਗਿਆ, ਚੱਲ ਰਹੀ ਹੈ ਬੈਂਕ ਗੱਡੀ। ਡਰਾਈਵਰੀਆਂ ਤਾਂ ਡਰਾਈਵਰੀ ਹੁੰਦੀਆਂ ਨੇ। ਆਉਣ ਦੇ ਜੀ, ਤਾੜ ਕੇ ਲਿਆਓ ਤਾੜ ਕੇ ਟਰੈਕਟਰ ਨੂੰ। ਆਉਣ ਦੇ ਜਾਣ ਦੇ ਮੜਾ ਤਾੜ ਕੇ ਲਿਆਉਂਦਾ ਬਲਕਾਰ, ਮੜਾ ਤਾੜ ਕੇ ਲਿਆ ਥੋੜ੍ਹਾ ਤਾੜ ਲਿਆ। ਬਸ ਤੁਸੀਂ ਤਾੜ ਕੇ ਲੈ ਜਾ, ਰਹੀ ਹੈ ਮਿੱਟੀ ਦੀ।
Thank you.